ਕਰਨੀ ਹੈ ਕਿ ਗੱਲ ਕਿਤੇ ਧਿਆਨ ਨਾਲ ਸੁਣੋ ਤੇ ਹਾਸਾ ਖੜਾ ਹੁੰਦਾ ਹੈ ਇਹ ਗੱਲ ਵੀ ਏਦਾਂ ਕਰਨੀ ਹੈ ਮੈਂ ਕਿਹਾ ਜੀ ਸੁਣਦੇ ਹੋ ਦੁੱਧ ਮੱਠੀ ਗੈਸ ਰੱਖਿਆ ਅੱਧੇ ਘੰਟੇ ਬਾਅਦ ਬੰਦ ਕਰਦੇ ਹੋ ਕੱਪੜੇ ਸੁੱਕਣੇ ਪਾਏ ਨੇ ਸੁੱਕ ਜਾਣਗੇ ਤੇ ਘੰਟੇ ਤੱਕ ਲਾ ਲਿਆ ਹੋ ਕਾਕਾ ਹੁਣੇ ਸੁੱਤੇ ਨੂੰ ਸੁਆਇਆ ਮੈਂ ਦੁੱਧ ਦਾ ਬੋਤਲ ਚ ਪਾ ਕੇ ਰੱਖਿਆ ਉੱਠੇਗਾ ਦੋ ਤਿੰਨ ਘੰਟੇ ਤੱਕ ਇਹਨੂੰ ਦੁੱਧ ਪਿਆ ਦਿਓ ਮੈਂ ਰਿੰਪੀ ਨਾਲ ਚੱਲੀ ਆ ਪੰਜ ਮਿੰਟ ਤੱਕ ਆਈ ਇਹ ਬੀਬੀਆਂ ਪੌਣਾ ਪੌਣਾ ਘੰਟਾ ਫੇਰ ਤੇ ਖਲੋਤੀਆਂ ਗੱਲਾਂ ਕਰੀ ਜਾਂਦੀਆਂ ਅੰਦਰ ਨਹੀਂ ਆਉਂਦੀਆਂ ਨਹੀਂ ਭੈਣ ਜੀ ਮੈਨੂੰ ਕਾਹਲੀ ਆ ਮੈਂ ਛੇਤੀ ਜਾਣਾ ਹੈ